ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਵਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਹੁਣ ਨਵਾਂ ਮੁੱਦਾ ਜਿਹੜਾ ਉਹ ਝੋਨੇ ਦੀ ਖਰੀਦ ਦਾ ਹੈ ਕਿਸਾਨ ਕਹਿੰਦੇ ਨੇ ਕਿ ਝੋਨੇ ਦੀ ਖਰੀਦ ਨਹੀਂ ਹੋ ਰਹੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਝੋਨਾ ਮੰਡੀਆਂ ਦੇ ਵਿੱਚੋਂ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਤੇ ਖਾਤਿਆਂ ਦੇ ਵਿੱਚ ਪੈਸੇ ਵੀ ਕਿਸਾਨਾਂ ਦੇ ਆ ਰਹੇ ਨੇ ਇਸੇ ਦੇ ਚੱਲਦਿਆਂ ਬੀਤੇ ਦਿਨ ਵੀ ਕਿਸਾਨ ਜਥੇਬੰਦੀਆਂ ਵੱਲੋਂ ਕਈ ਹਾਈਵੇ ਜਾਮ ਕੀਤੇ ਗਏ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ ਤੇ ਹੁਣ ਤੜਕਸਾਰ ਹੀ ਸਰਵਨ ਸਿੰਘ ਪੰਦੇਰ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਉਹਨਾਂ ਨੇ ਇੱਕ ਬਿਆਨ ਜਾਰੀ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਵੀ 1 ਵਜੇ ਤੋਂ ਬਾਅਦ ਸੜਕੀ ਆਵਾਜਾਈ ਬੰਦ ਕਰਾਂਗੇ ਕੁਝ ਉਹਨਾਂ ਨੇ ਲੋਕੇਸ਼ਨਸ ਕੁਝ ਥਾਵਾਂ ਵੀ ਦੱਸ ਦਿੱਤੀਆਂ ਨੇ ਇੱਕ ਤਾਂ ਕਹਿੰਦੇ ਨੇ ਜੀ ਸੰਗਰੂਰ ਮੋਗਾ 48 ਪੁਲ ਗੁਰਦਾਸਪੁਰ ਫਗਵਾੜਾ ਕਪੂਰਥਲਾ ਇਨ੍ਹਾਂ ਦੇ ਉੱਤੇ ਕਹਿੰਦੇ 1 ਵਜੇ ਤੋਂ ਬਾਅਦ ਸੜਕੀ ਆਵਾਜਾਈ ਬੰਦ ਕਰ ਦਿੱਤੀ ਜਾਵੇਗੀ ਸਿਰਫ ਐਮਰਜੈਂਸੀ ਸੇਵਾਵਾਂ ਜੇਕਰ ਕਿਸੇ ਨੇ ਕਿਤੇ ਵਿਆਹ ਸ਼ਾਦੀ ਦੇ ਉੱਤੇ ਕੋਈ ਬਰਾਤ ਜਾ ਰਹੀ ਹੈ ਕੋਈ 에어ਪੋਰਟ ਜਾ ਰਿਹਾ 에어ਪੋਰਟ ਤੋਂ ਆ ਰਿਹਾ ਜੇਕਰ ਕੋਈ ਮਰੀਜ਼ ਹੈ ਬਿਮਾਰ ਆ ਤਾਂ ਉਹੀ ਸੇਵਾਵਾਂ ਜਾਰੀ ਰਹਿਣਗੀਆਂ ਬਾਕੀਆਂ ਵਾਸਤੇ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ ਤਾਂ ਜੋ ਕੇਂਦਰ ਦੇ ਉੱਤੇ ਵੱਧ ਤੋਂ ਵੱਧ ਦਬਾਅ ਬਣਾਇਆ ਜਾ ਸਕੇ ਜੇ ਥੋੜੀ ਕੇਂਦਰ 'ਚ ਪੁੱਗਦੀ ਆ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤੁਸੀਂ ਗੱਲ ਕਰ ਲਓ ਪ੍ਰਧਾਨ ਮੰਤਰੀ ਨਾਲ ਗ੍ਰਹਿ ਮੰਤਰੀ ਨਾਲ ਪੰਜਾਬ ਦੇ ਲੋਕਾਂ ਨੂੰ ਪੰਜਾਬ ਨਾਲ ਲੜ ਕੇ ਜਿਹੜਾ ਮਸਲਾ ਹੱਲ ਕਰਨਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਲਾਲ ਲੱਗ ਕੇ ਤੁਹਾਨੂੰ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਸ਼ੈਲਰ ਮਿਲ ਮਿਲਰਾਂ ਦਾ ਔਰ ਜਿਹੜੀ ਪਰਸੋਂ ਫੂਡ ਸਪਲਾਈ ਮੰਤਰੀ ਜੋਸ਼ੀ ਜੀ ਦੀ ਮੀਟਿੰਗ ਹੋਈ ਉਹਨਾਂ ਨੇ ਕਹੀ ਸੀ ਕੇਂਦਰ ਦੀਆਂ ਟੀਮਾਂ ਆ ਕੇ ਸੈਂਪਲਿੰਗ ਕਰਨਗੀਆਂ ਕਿ ਅਸਲ 1 ਕੁਇੰਟਲ ਝੋਨੇ ਦੇ ਵਿੱਚੋਂ ਕਿੰਨੇ ਚੌਲ ਨਿਕਲ ਰਹੇ ਨੇ ਉਹ ਮਿਲਰਸ ਦਾ ਕਹਿਣਾ 65 ਕਿਲੋ ਨਹੀਂ ਆ ਰਹੇ ਘੱਟ ਆ ਰਹੇ ਨੇ ਤੇ ਭਾਈ 2-3 ਕਿਲੋ ਦੀ ਇਹਨਾਂ ਨੂੰ ਸ਼ੂਟ ਦੇ ਦਿਓ ਮਸਲੇ ਦਾ ਹੱਲ ਹੋ ਜਾਓ ਅਜੇ ਤੱਕ ਕੇਂਦਰ ਨੇ ਟੀਮਾਂ ਨਹੀਂ ਪੰਜਾਬ 'ਚ ਭੇਜੀਆਂ ਕ੍ਰਾਈਸਿਸ ਇਹਦਾ ਮਤਲਬ ਨਹੀਂ ਹੱਲ ਹੋਣਾ ਪੰਜਾਬ ਸਰਕਾਰ ਦੀ ਦੁੱਖ ਦੀ ਗੱਲ ਆ ਚੱਲ ਜਾਈਂ ਅੱਜ ਮੁੱਖ ਮੰਤਰੀ ਦਿੱਲੀ ਜਾਂਦੇ ਆ ਦੇਖਦੇ ਕੀ ਬੰਦਾ ਹੈਗਾ ਉਹਨੇ ਸਮੇਂ ਰੰਦੇ ਆ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਅਸੀਂ ਪੂਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਪਈ ਅੱਜ ਇਕੱਠੇ ਹੋ ਕੇ ਪੰਜਾਬ ਲਈ ਲੜਨ ਦੀ ਲੋੜ ਆ ਇਹ ਪੰਜਾਬ ਦੀ ਟੋਟਲ ਅਰਥਚਾਰੇ ਦਾ ਪੂਰੀ ਇਕਨੋਮੀ ਦਾ ਰੌਲਾ ਵਾ ਹੈਗਾ ਵਾ ਖੇਤੀ ਸੈਕਟਰ ਵਿੱਚੋਂ ਪੰਜਾਬ ਨੂੰ ਇੱਕ ਤੋਂ 1.5 ਲੱਖ ਹਜ਼ਾਰ ਕਰੋੜ ਰੁਪਏ ਦਾ ਵਾਟਰ ਹੁੰਦੀ ਉਹਦੇ ਨਾਲ ਪੰਜਾਬ ਚੱਲਦਾ ਹੈਗਾ ਜੇ ਖਪਤਕਾਰ ਕੋ ਪੈਸਾ ਨਹੀਂ ਹੋਊਗਾ ਦੁਕਾਨਾਂ ਨਹੀਂ ਚੱਲਣਗੀਆਂ ਇਹ ਕੱਲ ਨੂੰ ਵੱਡੇ ਮੋਲ ਲੈ ਕੇ ਦੁਕਾਨਾਂ ਵੀ ਯਾਰਣਗੇ ਇਹ ਇਹ ਕੱਲ ਨੂੰ ਲਘੂ ਉਦਯੋਗ ਵੀ ਵੱਡੀ ਲੈ ਕੇ ਇੰਡਸਟਰੀ ਇਹ ਖਤਮ ਕਰਨ ਦੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਅੱਜ ਜੇ ਮੁਸ਼ਕਲਾਂ ਆਉਣ ਸੜਕਾਂ ਦੇ ਭਾਵੇਂ ਥੋੜੀ ਜਗ੍ਹਾ ਤੇ ਅਸੀਂ ਪ੍ਰੋਗਰਾਮ ਕਰ ਰਹੇ ਆ ਇਹਦੇ ਤੇ ਅਸੀਂ ਸਹਿਯੋਗ ਮੰਗਦੇ ਅੱਜ ਜਿਵੇਂ ਮਰੀਜ਼ ਹੈਗੇ ਆ ਜਿਵੇਂ 에어ਪੋਰਟ ਦੇ ਕੋ ਯਾਤਰੀ ਹੈਗੇ ਆ ਜਿਵੇਂ ਕੋਈ ਜ਼ਰੂਰੀ ਵਸਤੂਆਂ ਹੈਗੀਆਂ ਵਾ ਉਹਨਾਂ ਦੀ ਅਸੀਂ ਛੋਟ ਦਵਾਂਗੇ ਔਰ ਸਾਰੇ ਗਵਾਸ ਕਰਦੇ ਆ ਔਰ ਅੱਜ ਕਿਸਾਨਾਂ ਮਜ਼ਦੂਰਾਂ ਖਾਸ ਕਰਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸੰਗਰੂਰ ਮੋਗਾ ਇਹਦੋਂ ਕ ਮੈਂ ਖੁਦ ਹੋਊਂਗਾ ਇੱਥੇ ਫਗਵਾੜੇ ਦੇ ਵਿੱਚ ਫਗਵਾੜੇ ਚ 64 ਪੁਲ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਔਰ ਪੰਜਾਬ ਲਈ ਮਰਨ ਤੋਂ ਪਹਿਲਾਂ ਅੰਤਿਮ ਲੜਾਈ ਲੜਨੀ ਚਾਹੀਦੀ ਆ ਭਾਵੇਂ ਲਾਸ਼ਾਂ ਮਛਾਵੇ ਸਰਕਾਰ ਭਾਵੇਂ ਜਿੰਨਾ ਜ਼ਬਰ ਕਰੇ ਇਸ ਮਸਲੇ ਦਾ ਹੱਲ ਸਰਕਾਰ ਨੂੰ ਕਰਨਾ ਪਊਗਾ ਐਸੀ ਮੰਡੀਆਂ ਵਿੱਚ ਆਪਣੇ ਕਿਸਾਨਾਂ ਨੂੰ ਰੋਲ ਨਹੀਂ ਦੇ ਸਕਦੇ ਸਾਰੇ ਪੰਜਾਬ ਦੇ ਸਹਿਯੋਗ ਨਾਲ ਕੇਂਦਰ ਤੇ ਦਬਾਅ ਪਾ ਕੇ ਇਹ ਮਸਲੇ ਦਾ ਹੱਲ ਕਰਾਵਾਂਗੇ ਧੰਨਵਾਦ ਦੱਸ ਦਈਏ ਕਿ ਮੰਡੀਆਂ ਦੇ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਨੇ ਤੇ ਸਿਆਸਤ ਵੀ ਪੂਰੇ ਜ਼ੋਰਾਂ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੂਰੀ ਆਪਣਾ ਕੰਮ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਮਸਲੇ ਨੂੰ ਹੱਲ ਕੀਤਾ ਜਾ ਸਕੇ ਤੇ ਦੂਜੇ ਪਾਸੇ ਜਿਹੜੇ ਵਿਰੋਧੀ ਨੇ ਉਹ ਮੰਡੀਆਂ ਦੇ ਵਿੱਚ ਜਾ ਕੇ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਵੀ ਲੰਬੇ ਸਮੇਂ ਬਾਅਦ ਆਪਣੇ ਫਾਰਮ ਹਾਊਸ ਤੋਂ ਬਾਹਰ ਨਿਕਲਦੇ ਨੇ ਤੇ ਸਿੱਧੇ ਖੰਨਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਹੋਰ ਵੀ ਕਈ ਲੀਡਰ ਵੱਖੋ ਵੱਖਰੇ ਤਰੀਕਿਆਂ ਦੇ ਬਿਆਨ ਦਿੰਦੇ ਨੇ ਪਰ ਮਸਲਾ ਗੰਭੀਰ ਹੈ ਕਿਸਾਨ ਵੀ ਆਪਣੀ ਥਾਂ ਦੇ ਉੱਤੇ ਸਹੀ ਨੇ ਕਿ ਜੇਕਰ ਝੋਨੇ ਦੀ ਲਿਫਟਿੰਗ ਨਹੀਂ ਹੋਵੇਗੀ ਤਾਂ ਉਹਨਾਂ ਨੂੰ ਮੰਡੀਆਂ 'ਚ ਲੰਮਾ ਸਮਾਂ ਬੈਠਣਾ ਪਵੇਗਾ ਤੇ ਆਉਣ ਵਾਲੀ ਫਸਲ ਦੇ ਉੱਤੇ ਵੀ ਇਹਦਾ ਪ੍ਰਭਾਵ ਪੈਣਾ ਹੈ ਕਣਕ ਦੀ ਫਸਲ ਲੇਟ ਹੋ ਰਹੀ ਹੈ ਪਹਿਲਾਂ ਵੀ ਡੀਏਪੀ ਦਾ ਮੁੱਦਾ ਵੀ ਕਾਫੀ ਭਖਿਆ ਹੈ ਉਹ ਵੀ ਕਣਕ ਵਾਸਤੇ ਜ਼ਰੂਰੀ ਹੁੰਦੀ ਹੈ ਉਹਦੇ ਵੀ ਰੈਕ ਆ ਜਿਹੜੇ ਉਹ ਪੂਰੇ ਨਹੀਂ ਪੰਜਾਬ ਪਹੁੰਚ ਰਹੇ ਤਾਂ ਕੁਲਮਲਾ ਕੇ ਹੁਣ ਇਹ ਮਾਮਲਾ ਕਾਫੀ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ ਤੇ ਆਮ ਲੋਕਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਜਿਹੜੇ ਰੋਜ਼ਾਨਾ ਆਉਣ ਜਾਣ ਵਾਲੇ ਨੇ ਜਿਨ੍ਹਾਂ ਨੇ ਸਫ਼ਰ ਕਰਨਾ ਹੈ ਤਾਂ ਅੱਜ ਵੀ ਸੜਕੀ ਮਾਰਗ ਜਿਹੜੀਆਂ ਲੋਕੇਸ਼ਨਾਂ ਤੁਹਾਨੂੰ ਦੱਸੀਆਂ ਨੇ ਉੱਥੇ ਅੱਜ ਜਾਮ ਰਹਿਣਗੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ